रणजीत सिंह ढंडरिया वाला। मैं सिंह तां कहा क्योंकि कदे उन्हें भी पंथ वास्ते चंगे कार्जां विच हिस्सा पाया। अज पता नहीं मैं कह सकदा कि उहदी बुद्धि ते किहड़ा पर्दा पै गया जां मत मारी गई उहदी। ਉਹ ਢਾਡੀਆਂ ਦੇ ਟਿੱਪਣੀਆਂ ਕਰਨ ਡਿਆ ਠੀਕ ਆ ਮਿਸ ਵਰਲਡ ਬਣ ਗਈ ਉਹਦੇ ਪਰਿਵਾਰ ਨੂੰ ਵਧਾਈ ਤੂੰ ਦੇ ਦਿੱਤੀ ਠੀਕ ਆ ਪਰ ਜਿਹੜਾ ਤੂੰ ਇਹ ਗੱਲਾਂ ਸਾਬਤ ਕਰਨ ਵਿੱਚ ਲੱਗਾ ਵੀ ਜਿਹੜੇ ਬਾਕੀ ਢਾਡਣਾ ਜਾਂ ਢਾਡੀ ਜਿਹੜੇ ਆ ਉਹ ਸਾਰੇ ਹੀ ਗਲਤ ਆ ਤੇ ਤੂੰ ਜਿਹੜਾ ਸਹੀ ਆ ਢਾਡੀ ਪ੍ਰਚਾਰਕ ਜਿਹੜੇ ਨੇ ਜਾਂ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਜਿਹੜੀਆਂ ਨੇ ਉਹ ਇਹ ਗੱਲ ਕਹਿੰਦੀਆਂ ਕਿ ਆਪਣੇ ਬੱਚਿਆਂ ਨੂੰ ਗੁਰਮਤ ਦੇ ਧਾਰਨੀ ਬਣਾਓ ਤੇ ਮਾਮਾ ਤੂੰ ਇਹ ਗੱਲ ਸਾਬਤ ਕਰਨ ਚ ਲੱਗਾ ਵੀ ਆਪਣੀਆਂ ਜਿਹੜੀਆਂ ਕੁੜੀਆਂ ਵਾ ਉਹਨਾਂ ਨੂੰ ਤੁਸੀਂ ਹੁਣ ਆ ਜਿਹੜਾ ਕਿਹੜਾ ਮਿਸ ਵਰਲਡ ਜਿਹੜਾ ਬਣਾਉਣ ਦੇ ਚੱਕਰ ਚ ਇਹਦੇ ਚੱਕਰ ਚ ਪਾ ਦੋ ਹਨਾ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਵੀ ਲੀੜੇ ਭਾਵੇਂ ਸਾਰੇ ਲਾ ਦੋ ਲੀੜਿਆਂ ਨਾਲ ਕੋਈ ਮਤਲਬ ਨਹੀਂ ਆ। ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਜਿਹੜੇ ਸੇਵਾਵਾਂ ਨਿਭਾਉਂਦੇ ਸੀ ਉਹਨਾਂ ਨੇ ਕੀ ਸਿਖਾਇਆ ਸਾਨੂੰ ਅੱਜ ਤੱਕ ਉਹਨਾਂ ਨੇ ਸਾਨੂੰ ਕਿਹੜੀ ਮਤ ਦੇ ਧਾਰਨੀ ਹੋਣ ਬਾਰੇ ਦੱਸਿਆ ਤੇ ਤੁਸੀਂ ਕਿਹੜੀ ਮਤ ਦੇ ਧਾਰਨੀ ਲੋਕਾਂ ਨੂੰ ਬਣਾਉਣ ਚ ਲੱਗੇ ਹੋ। ਉਹ ਭਰਾਵਾ ਤੂੰ ਪਤਾ ਨੀ ਸਾਨੂੰ ਕਿਹੜੀ ਮਿੱਟੀ ਦਾ ਬਣਿਆ ਤੇਰੀ ਜਿੰਨੀ ਕੁੱਤੇ ਖਾਣੀ ਲੋਕ ਕਰਦੇ ਪਰ ਤੈਨੂੰ ਲੱਗਦੀ ਫਿਰ ਨਹੀਂ ਆ। ਜਿਹੜੇ ਤੂੰ ਉਸ ਬਿਆਨ ਨੂੰ ਉਲਟਾ ਕਰਕੇ ਦੁਨੀਆ ਦੇ ਸਨਮੁੱਖ ਰੱਖਦਾ ਜਿੱਥੇ ਕਿ ਲੋਕ ਇੱਕ ਫੇਵਰ ਚ ਖੜੇ ਹੋਣ ਵੀ ਆਹ ਕੰਮ ਸਹੀ ਹੋਇਆ ਪਰ ਤੂੰ ਉੱਥੇ ਬਿਆਨ ਦੇਵੇਂਗਾ ਜੀ ਆਹ ਗਲਤ ਹੋਇਆ। ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਤੇਰੀ ਧੀ ਭੈਣ ਕੋਈ ਏਦਾਂ ਅੱਧ ਨੰਗੀ ਹੋ ਕੇ ਲੀੜੇ ਪਾ ਕੇ ਉਹ ਭਾਵੇਂ ਦੁਨੀਆ ਦੀ ਜੋ ਮਰਜ਼ੀ ਬਣ ਜੇ ਤੇ ਤੈਨੂੰ ਕੀ ਮਹਿਸੂਸ ਹੋਊਗਾ। ਮੇਰੇ ਹਿਸਾਬ ਨਾਲ ਤੇ ਤੂੰ ਹੈ ਹੀ ਬਸ਼ਰਮਾ ਤੈਨੂੰ ਕੋਈ ਫਰਕ ਨਹੀਂ ਪੈਣਾ ਬਹੁਤਾ। ਦਾਸ ਨੂੰ ਮਾਨ ਸਿੰਘ ਅਕਾਲੀ ਕਹਿੰਦੇ ਹੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਆਖੋਗੇ ਆਪਾਂ ਆ ਵੀ ਸਕਦੇ ਹਾਂ ਏਦਾਂ ਦਾ ਕੋਈ ਚੱਕਰ ਨਹੀਂ ਆ। ਨਿਹੰਗ ਸਿੰਘ ਵਿਸ਼ਵ ਦੇ ਰਾਜੇ ਮੈਂ ਉਹ ਹੀ ਹਾਂ ਜਿਹਦੇ ਬਾਰੇ ਤੂੰ ਪਹਿਲਾਂ ਗੱਲ ਕੀਤੀ ਸੀ ਤੇ ਮੈਨੂੰ ਦੂਜਿਆਂ ਤੀਜਿਆਂ ਦਾ ਕੋਈ ਪਤਾ ਨਹੀਂ ਵੀ ਉਹ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ। ਵੇਖ ਤੂੰ ਜੋ ਕਰਦਾ ਕਰੀ ਜਾ ਸਾਨੂੰ ਨੀ ਫਰਕ ਪੈਂਦਾ ਤੂੰ ਸਰਕਾਰੀ ਆ ਇਸ ਗੱਲ ਦੇ ਉੱਤੇ ਵੀ ਕੋਈ ਸ਼ੱਕ ਨਹੀਂ ਆ ਕਿਉਂਕਿ ਜਿਹਦੇ ਨਾਲ ਲਾਲ ਪੱਗਾਂ ਵਾਲੇ ਖੜਦੇ ਆ ਉਹ ਹੈ ਹੀ ਸਰਕਾਰੀ ਆ ਠੀਕ ਆ। ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੂੰ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ ਸਾਨੂੰ ਕੋਈ ਫਰਕ ਨਹੀਂ ਆ। ਤੂੰ ਢਾਡਣਾ ਢਾਡੀਆਂ ਦੇ ਉੱਤੇ ਜਿਹੜੀਆਂ ਟਿੱਪਣੀਆਂ ਕਰਦਾ ਇਹ ਗੱਲ ਛੱਡ ਦੇ ਚੰਗੀ ਗੱਲ ਆ ਤੇ ਜੇ ਨਹੀਂ ਛੱਡ ਸਕਦਾ ਤੇ ਤੂੰ ਇੱਕ ਪਿਓ ਦਾ ਜੇ ਹਰਾਮ ਦਾ ਫਿਰ ਨਹੀਂ ਮੈਂ ਕਹਿੰਦਾ ਜੇ ਇੱਕ ਪਿਓ ਦਾ ਜਿਨ੍ਹਾਂ ਸਾਜਾਂ ਦੇ ਉੱਤੇ ਤੂੰ ਟਿੱਪਣੀਆਂ ਕਰਦਾ ਪਿਆ ਨਾ ਜਾਂ ਤੇ ਤੂੰ ਵੀ ਇਹ ਵਾਜੇ ਵਜਾਉਣੇ ਬੰਦ ਕਰ ਦੇ। ਤੂੰ ਕਹਿੰਦਾ ਨਾ ਵਾਜੇ ਵਜਾਉਣ ਨੂੰ ਲਾ ਦੋ ਸਾਰੇ ਜਾਂ ਤੇ ਤੂੰ ਵੀ ਇਹ ਵਾਜੇ ਵਜਾਉਣੇ ਬੰਦ ਕਰ ਦੇ ਤੇ ਜਾਂ ਫਿਰ ਬੰਦੇ ਦਾ ਪੁੱਤ ਬਣ ਕੇ ਗੁਰਮਤ ਦਾ ਪ੍ਰਚਾਰ ਕਰ। ਸਰਕਾਰ ਦਾ ਜਿਹੜਾ ਵੀ ਬਣਿਆ ਅੱਜ ਤੱਕ ਉਹਦਾ ਐਂਡ ਤੇ ਬੇੜਾ ਗਰਕ ਹੀ ਹੋਇਆ ਤੇ ਹਾਲ ਬੁਰਾ ਹੀ ਹੋਇਆ ਤੇ ਹਾਲ ਤੇਰਾ ਵੀ ਬੁਰਾ ਹੀ ਹੋਣਾ ਇਹ ਗੱਲ ਤੈਨੂੰ ਯਾਦ ਰੱਖੀ ਕਿਉਂਕਿ ਇੱਥੇ ਵੱਡੇ ਵੱਡੇ ਨਰਕ ਧਾਰੀਏ ਤੇਰੇ ਕੇ ਪੈਦਾ ਹੋਏ ਜਿਹੜੇ ਸਿੱਖ ਪੰਥ ਨਾਲ ਆਡਾ ਲਾਉਂਦੇ ਰਹੇ ਪਰ ਮੁੜ ਕੇ ਉਹਨਾਂ ਦਾ ਕੀ ਅਸਰ ਹੋਇਆ ਤੈਨੂੰ ਪਤਾ ਚੰਗੀ ਤਰ੍ਹਾਂ। ਸਿੰਘ ਫਿਰ ਬਹੁਤਾ ਲੰਮਾ ਸਮਾਂ ਨਹੀਂ ਲਾਉਂਦੇ ਇਹ ਤੇ ਸ਼ਰਮ ਜਿਹੜੀ ਮਾਰਦੀ ਆ ਵੀ ਤੇਰੇ ਸਿਰ ਤੇ ਵੀ ਪਾ ਗਿਆ ਤੂੰ ਵੀ ਗੁਰੂ ਦੇ ਸ਼ਸਤਰ ਧਾਰਨ ਕੀਤੇ ਆ ਪਰ ਇਹ ਮਾੜੀ ਗੱਲ ਆ ਤੇਰੇ ਵਾਸਤੇ ਬੰਦੇ ਦਾ ਪੁੱਤ ਬਣ ਜਾ ਚੰਗੀ ਗੱਲ ਆ। ਵੇਖ ਅਸੀਂ ਨੀ ਕਹਿੰਦੇ ਤੈਨੂੰ ਤੂੰ ਠੀਕ ਆ ਜੋ ਤੇਰਾ ਪ੍ਰਚਾਰ ਆ ਕਰੀ ਜਾ ਸਾਨੂੰ ਨੀ ਕੋਈ ਮਤਲਬ ਨਾ ਢਾਡੀਆਂ ਦੇ ਉੱਤੇ ਨਾ ਤੂੰ ਸਿੱਖ ਇਤਿਹਾਸ ਤੇ ਟਿੱਪਣੀ ਕਰ। ਤੂੰ ਹੁਣ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਕੋਈ ਪੰਥ ਚਲਾਇਆ ਹੀ ਨਹੀਂ ਇਹਨੂੰ ਬਹੁਤ ਪਤਾ ਇਹਨੂੰ ਪੁੱਛਣੇ ਵਾਲਾ ਹੋਵੇ ਵੀ ਤੂੰ ਉੱਥੇ ਬੈਠਾ ਸੀ ਹੈ ਇਤਿਹਾਸ ਦੇ ਨਾਲ ਤੁਸੀਂ ਤੋੜ ਮਰੋੜ ਕੇ ਪੇਸ਼ ਕਰੀ ਜਾਂਦੇ ਆ ਇੱਕ ਗਲਤ ਗੱਲ ਹੈ। ਮੈਂ ਤਾਂ ਉਦਾਂ ਦੇ ਲੋਕ ਸੁਣਨ ਵਾਲਿਆਂ ਨੂੰ ਵੀ ਕਹੂੰਗਾ ਜਿਹੜੇ ਇਹਦੇ ਮਗਰ ਲੱਗ ਕੇ ਸੁਣਦੇ ਆ। ਯਾਰ ਭੇਡਾਂ ਵਾ ਇਹਨਾਂ ਨੂੰ ਭੇਡਾਂ ਹੀ ਸੁਣਦੀਆਂ ਚੰਗਾ ਬੰਦਾ ਤੇ ਉਹਨੂੰ ਕੋਈ ਸੁਣਦਾ ਆ ਜਿੰਨੇ ਬਾਹਰ ਬੈਠੇ ਭੇਡਾਂ ਜਿਹੜੀਆਂ ਇਹਦੀਆਂ ਭੇਡਾਂ ਹੀ ਸੁਣਦੀਆਂ ਇਹਨੂੰ ਚੰਗਾ ਬੰਦਾ ਕੋਈ ਨਹੀਂ ਇਸ ਬੰਦੇ ਜਦੋਂ ਇਹਨੂੰ ਲਾਇਕ ਕਰਦਾ ਸੀ ਉਦੋਂ ਖੁਦ ਅਸੀਂ ਖੁਦ ਮਤਲਬ ਇਹਦੇ ਬੰਦੇ ਦੀ ਸਪੋਰਟ ਕਰਦੇ ਰਹੇ ਹਾਂ ਕਿ ਬੰਦਾ ਵਧੀਆ ਵਾ ਹਨਾ ਪਰ ਆਹ ਪਤਾ ਨੀ ਕੀ ਆ ਥੋੜੇ ਕੁ ਸਮੇਂ ਚ ਜਿੱਦਾਂ ਮੈਂ ਕਹਿ ਸਕਦਾ ਨਾ ਵੀ ਜਦੋਂ ਬੰਦੇ ਕੋਲ ਬਹੁਤਾ ਪੈਸਾ ਆ ਜਾਂਦਾ ਤੋ ਰੱਬ ਡਾਂਗ ਨਹੀਂ ਮਾਰਦਾ ਪਰ ਉਹਦੀ ਮੱਤ ਜ਼ਰੂਰ ਮਾਰ ਦਿੰਦਾ ਠੀਕ ਹੈ ਮੱਤ ਵੱਜੀ ਹੋਣੇ ਦੀ ਬਾਸ਼। ਹੁਣ ਇਹ ਤੇ ਉਹਨੇ ਭੇਡਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਕਰੋੜਾਂ ਰੁਪਈਆ ਇਕੱਠਾ ਕਰ ਕਰਕੇ ਦੇਈ ਜਾਂਦੀਆਂ ਇਹਨੂੰ ਵੀ ਤੂੰ ਆਹ ਪ੍ਰਚਾਰ ਕਰ ਆਹ ਪ੍ਰਚਾਰ ਕਰ ਕਦੀ ਇਹਨੂੰ ਬੀਬੀ ਬਾਹਰੋਂ ਫੋਨ ਕਰਦੀ ਆ ਵੀ ਉਹਨਾਂ ਨੇ ਕਾਂ ਟੰਗ ਦਿੱਤਾ ਤੇ ਮੈਂ ਤੇ ਬੜੀ ਵਾਰ ਇੰਟਰਵਿਊਆਂ ਦੇ ਵਿੱਚ ਵੀ ਆਖਿਆ ਵੀ ਮਤਲਬ ਜਿਹਦੇ ਕਾਂ ਟੰਗੇ ਆ ਪਤਾ ਨਹੀਂ ਕਈ ਕੁਝ ਇਲਾਂ ਕਬੂਤਰ ਬਾਕੀ ਟੰਗਣੇ ਹਜੇ ਪਏ ਆ ਤੇ ਇਹ ਮੱਤ ਆਪਣੇ ਮਨ ਚੋਂ ਭੁਲੇਖਾ ਕਰ ਦੇ ਵੀ ਸਰਕਾਰ ਤੇ ਵੀ ਹਿਫਾਜ਼ਤ ਕਰ ਲੂਗੀ ਜਦੋਂ ਠੋਕਣ ਤੇ ਆਇਆ ਨਾ ਕਿਸੇ ਕੋਈ ਤੇ ਪਤਾ ਕੋਈ ਨੀ ਇੱਥੋਂ ਵਿੱਚੋਂ ਹੀ ਕਿਸੇ ਨੇ ਠੋਕ ਦੇਣਾ ਤੈਨੂੰ ਸਾਨੂੰ ਵੀ ਨਹੀਂ ਆਉਣ ਦੀ ਲੋੜ ਪੈਣੀ। ਮੁੜ ਕੇ ਤੁਹਾਡੇ ਵਰਗੇ ਸਿਕਿਉਰਿਟੀਆਂ ਲੱਭਦੇ ਫਿਰਦੇ ਨੇ ਸਿਕਿਉਰਿਟੀ ਲੱਭਦੀ ਕਿਤੇ ਨਹੀਂ ਹੁੰਦੀ। ਜਿਹੜੇ ਸਿਕਿਉਰਿਟੀਆਂ ਵਾਲੇ ਹੁੰਦੇ ਨਾ ਇਹਨਾਂ ਨੇ ਤਨਖਾਹਾਂ ਦਾ ਕਰਕੇ ਖਲੋਤੇ ਆਏ ਤੇ ਜਿਹੜੇ ਧਰਮੀ ਬੰਦੇ ਹੁੰਦੇ ਆ ਉਹਦੇ ਸਿਰ ਤੇ ਕਫਨ ਬੰਨ ਕੇ ਆਉਂਦੇ ਆ ਇਸ ਕਰਕੇ
मजबूर ना कर, पंजाब का माहौल ना खराब कर। अगे टिप्पणियां करने वाले ते होर लोगों ने करनिया टिप्पणियां, पर यार तेनू तो शर्म चाहिए, तेरे सिर दे उत्ते पा गया, तू आप सोच थोड़ा जा, जा रहे तू भी बोधे बाधे करा दे, फिर बोधे बाधे करा, मां जेल ला के कर खड़े तू। तू कदी कहना जेड़े प्रचारक आ जेड़े रागी आ उन्हां नू चोले दी कोई लोड़ नहीं आ, मैं अपने नू जीना पवार दिया, तू दे कछियां भी पवा सकदा अपने आले नू, तेरे आले पवा सकदे आ। तेरी कनेडा आली पौंदी होनी है हाँ। तेरे ये मिस वर्ल्ड आली गल्लां करदा, कनेडा आली पाई जांदी होनी जिहड़ी इहनू फोन करदी आ, वे उहदे कोल जांदा जी रिहा है। हां हां, बाकी भाई तो तेरी इच्छा वा, अहीं नहीं कहिंदे तैनू वी तू अपने बंदिआं नू उन्हां नू जीना पवा, निकरां पवा, कच्छे पवा, कछियां पवा, सानू कोई मतलब नहीं, पर साडे सिख पंथ दे उत्ते कोई टिप्पणी ना कर, चंगा रवेगा मजबूर ना कर, फिर ना आवे। फिर सरकारां भी कहिंदियां भी तुसीं आपणियां नूं ही इदां करदे आ, सानूं ते इह शर्म आउंदी आ भी असीं आपणे भरा भाई भरा जिहड़े जिन्हां दे सिर ते उत्ते केस आ, जिन्हां दे मूंह ते दाढ़ी आ, जिन्हां ने शस्त्र भी पाए आ, ते असीं उहनां दे उत्ते वादे करिए, सानूं सोभा नहीं दिंदा, क्योंकि हुण जिहड़ा समां सिरों पाणी लंघदा जा रिहा, तूं ते गुरू नानक साहिब उत्ते टिप्पणियां कर रिहा, ते पता नहीं किद्दां दीआं भेडां जिहड़ियां तैनूं सुणदियां ਉਹ ਤੇਰੇ ਤੇ ਕਿਉਂ ਨੀ ਟਿੱਪਣੀ ਕਰਦੀਆਂ। ਕਿਤੇ ਇੱਕ ਅਨਿਲ ਅਰੋੜੇ ਨੇ ਗੱਲ ਕੀਤੀ ਤੇ ਸਾਰਾ ਸਾਰੀ ਦੁਨੀਆਂ ਦੇ ਵਰਖਲਾਫ ਹੋ ਗਈ, ਪਰ ਮੈਂ ਕਹਿੰਦਾ ਯਾਰ ਦੁਰ ਫਿਟੇ ਮੂੰਹ ਤੇਰਾ, ਜਿਸ ਗੁਰੂ ਨਾਨਕ ਦਾ ਨਾਮ ਲੈ ਕੇ ਤੂੰ ਕਰੋੜਾਂ ਰੁਪਈਆ ਇਕੱਠਾ ਕਰ ਲਿਆ, ਜਿਸ ਬਾਬੇ ਜਰਨੈਲ ਸਿੰਘ ਦਾ ਨਾਮ ਲੈ ਕੇ ਤੂੰ ਕਰੋੜਾਂ ਰੁਪਈਆ ਇਕੱਠਾ ਕਰ ਲਿਆ, ਜਿਸ ਪੰਥ ਦੀ ਸੇਵਾਦਾਰ ਬਣ ਕੇ ਪੰਥ ਦਾ, ਤੇ ਤੂੰ ਅਰਬਾਂ ਖਰਬਾਂ ਰੁਪਈਆ ਇਕੱਠਾ ਕਰਕੇ ਵੱਡਾ ਇੱਕ ਆਸ਼ਰਮ ਜਿਹਾ ਆਪਣਾ ਤਿਆਰ ਕਰਕੇ ਬਹਿ ਗਿਆ, ਪਰਮੇਸ਼ਰ ਦਵਾਰ ਨਾਂ ਰੱਖ ਲਿਆ ਉਹਦਾ, ਤੇ ਉਥੇ ਭੇਡਾਂ ਬੱਕਰੀਆਂ ਇਕੱਠੀਆਂ ਕਰਕੇ ਬੈਠਾ ਤੂੰ, ਤੈਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਜਾਂ ਤੇ ਇਸ ਪੰਥ ਦੇ ਕੋਲੋਂ ਖਾਓ ਨਾ, ਜਿਹਦਾ ਖਾਦਾ ਨਾ ਉਹਦੀ ਫਿਰ ਕਦਰ ਕਰਨੀ ਵੀ ਚਾਹੀਦੀ ਆ, ਉਹਦੇ ਟਿੱਪਣੀ ਨਹੀਂ ਕਰਨੀ ਚਾਹੀਦੀ। ਜੇ ਕਿਸੇ ਦੇ ਘਰੋਂ ਸਿਆਣੇ ਦੀ ਕਹਾਵਤ ਆ ਕਿਸੇ ਦੇ ਘਰ ਚ ਬਹਿ ਕੇ ਖਾ ਲਈਏ ਨਾ, ਤੇ ਫਿਰ ਉਹਦੇ ਵਾਸਤੇ ਚੰਗਾ ਹੀ ਸੋਚੀਦਾ, ਮਾੜਾ ਨੀ ਕਦੇ ਸੋਚੀਦਾ। ਪਰ ਤੂੰ ਪਤਾ ਨੀ ਕਿੱਦਾਂ ਦਾ ਬੰਦਾ ਯਾਰ, ਇਹ ਬੰਦੇ ਦਾ ਬਾਬਾ ਜੀ ਕੋਈ ਦੀਨ ਧਰਮ ਤਾਂ ਹੈ ਹੀ ਨਹੀਂ ਮੇਰੇ ਹਿਸਾਬ ਨਾਲ। ਪਤਾ ਨੀ ਲੋਕੀ ਇਹਦੀਆਂ ਭੇਡਾਂ ਜਿਹੜੀਆਂ ਕਿੱਦਾਂ ਦੀਆਂ, ਲੋਕੀ ਵੀ ਇਹਨੂੰ ਸੁਣੀ ਕਾਹਦੇ ਜਾਂਦੇ ਆ, ਜਿੱਥੇ ਚੱਪਲ ਭਰਾਉਣੀ ਚਾਹੀਦੀ ਜਿੱਥੇ ਬੈਠਾ ਹੈ, ਬਾਹਰ ਨਿਕਲੇ ਤਾਂ ਇੱਕ ਵਾਰੀ ਪਤਾ ਲੱਗੇ। ਆਪਾਂ ਇੱਕ ਖੁੱਲਾ ਚੈਲੰਜ ਲੱਗੇ ਕਰਨ, ਇਹ ਨਾ ਸੋਚੋ ਵੀ ਚਾਰ ਪੰਜ ਸਿੰਘ ਬੈਠੇ ਆ, ਇਹ ਪਰਮੇਸ਼ਰ ਹੀ ਜਾਣਦਾ ਵੀ ਕਿੰਨੇ ਸਿੰਘ ਆ। ਵਿਸਾਖੀ ਤੱਕ ਜੇ ਤੇ ਟਿੱਪਣੀਆਂ ਕਰਨੀਆਂ ਸਾਡੇ ਪੰਥ ਤੇ ਛੱਡ ਦੂਗਾ, ਚੰਗੀ ਗੱਲ ਆ, ਨਹੀਂ ਤੇ ਫਿਰ ਵਿਸਾਖੀਓ ਬਾਅਦ ਦੋ ਤਿੰਨ ਮਹੀਨੇ ਸਾਡੇ ਵੀ ਵਿਹਲੇ ਹੀ ਹੁੰਦੇ ਆ, ਫਿਰ ਉਹਨਾਂ ਦਿਨਾਂ ਚ ਮੈਂ ਢੰਡਰੀਆਂ ਵਾਲਿਆ ਤੇਰੇ ਪਰਮੇਸ਼ਰ ਦੁਆਰ ਹੀ ਆਵਾਂਗੇ, ਫਿਰ ਇਸ ਗੱਲ ਦਾ ਵੀ ਤੈਨੂੰ ਵਾਅਦਾ ਕਰਦੇ ਤੇਰੇ ਨਾਲ, ਫਿਰ ਭਾਵੇਂ ਸਿਕਿਉਰਿਟੀ ਜਿੰਨੀ ਮਰਜ਼ੀ ਲਾ ਲਈ, ਫਿਰ ਜੇ ਪਿਓ ਦਾ ਆਇਆ ਤਾਂ ਸਾਹਮਣੇ ਜ਼ਰੂਰ ਆਈ, ਤੂੰ ਕਹਿੰਦਾ ਜਿਹੜੇ ਮੇਰੇ ਵਾਲੇ ਨੇ ਇਹ, ਫਿਰ ਜੇ ਕੋਈ ਆਊਗਾ ਤੇ ਫਿਰ ਸੁੱਕਾ ਥੋੜਾ ਜਾਣ ਦੇਣਗੇ, ਇਹਦੇ ਪਤਾ ਉਦੋਂ ਲੱਗਣਾ ਵੀ ਤੇਰੇ ਖਲੋਂਦੇ ਆ ਕੇ ਭਜਦੇ ਆ। ਇਹ ਤੈਨੂੰ ਅੱਜ ਚੈਲੰਜ ਕਰਨ ਲੱਗਾ ਦਾ ਮਾਨ ਸਿੰਘ ਅਕਾਲੀ, ਠੀਕ ਆ, ਜੇ ਤੇ ਟਿੱਪਣੀਆਂ ਕਰਨੀਆਂ ਸਾਨੂੰ ਨੀ ਪਤਾ ਯਾਰ, ਤੂੰ ਜਿੱਥੇ ਕਰਨੀਆਂ ਕਰੀ ਜਾ, ਨਾ ਪੰਥ ਦੇ ਉੱਤੇ ਤੇ ਨਾ ਢਾਡੀਆਂ ਤੇ ਟਿੱਪਣੀ ਕਰ, ਹੋਰ ਜਿੱਦਾਂ ਤੇਰਾ ਜੀ ਕਰਦਾ ਜੋ ਜੀ ਕਰਦਾ ਕਰੀ ਜਾ, ਸਾਨੂੰ ਕੋਈ ਮਤਲਬ ਨੀ। ਜੇ ਤੂੰ ਨਾ ਹਟਿਆ, ਇਹ ਅੱਜ ਤੋਂ ਤੈਨੂੰ ਸਖ਼ਤ ਤਾੜਨਾ ਤੇ ਖੁੱਲਾ ਚੈਲੰਜ ਆ, ਅਸੀਂ ਵਿਸਾਖੀ ਤੋਂ ਬਾਅਦ ਤੈਨੂੰ ਜ਼ਰੂਰ ਮਿਲਾਂਗੇ, ਫਿਰ ਜੇ ਤੂੰ ਨਾ ਹਟਿਆ ਤੇ।